ਖਾਲਸੇ ਦਾ ਸਾਜਨਾ ਦਿਵਸ ਵਿਸਾਖੀ ਸਿੱਖ ਕੌਮ ਵੱਲੋਂ ਸਿੱਖ ਕੌਮ ਦੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਵਿਸਾਖੀ 13 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ। ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵੀ ਵਿਸ਼ੇਸ਼ ਸਮਾਗਮ ਕੀਤੇ ਜਾ ਰਹੇ ਨੇ। ਮੁਹੱਲਾ ਸਜਾਇਆ ਜਾਵੇਗਾ ਜਿੱਥੇ ਕਿ ਦੇਸ਼ ਵਿਦੇਸ਼ ਤੋਂ ਸੰਗਤਾਂ ਮੁਹੱਲਾ ਦੇਖਣ ਲਈ ਪੁੱਜਦੀਆਂ ਨੇ, ਨਿਹੰਗ ਸਿੰਘ ਦੇ ਕਰਤੱਵ ਦੇਖਣ ਲਈ ਪੁੱਜਦੀਆਂ ਨੇ। ਸਾਡੇ ਨਾਲ ਬਾਬਾ ਬਲਵੀਰ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦਾ ਸਾਜਨਾ ਦਿਵਸ ਹੈ, ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਨਿਹੰਗ ਸਿੰਘ ਵੀ ਬੜੇ ਉਤਸ਼ਾਹ ਨਾਲ ਇੱਥੇ ਪਹੁੰਚਦੇ ਨੇ, ਦੇਸ਼ ਵਿਦੇਸ਼ ਤੋਂ। ਪਹਿਲਾਂ ਤਾਂ ਦੇਸ਼ ਤੋਂ ਪਹੁੰਚਦੇ ਸੀ, ਹੁਣ ਤਾਂ ਵਿਦੇਸ਼ਾਂ ਤੋਂ ਵੀ ਸਿੰਘ ਆ ਜਿਹੜੇ ਸਮਾਗਮਾਂ ਵਿੱਚ ਪਹੁੰਚਣ ਲੱਗ ਪਏ ਨੇ। ਕਿਸ ਤਰ੍ਹਾਂ ਦੇ ਸਮਾਗਮ ਨੇ ਇਸ ਵਾਰ ਰੱਖੇ ਜਾ ਰਹੇ ਨੇ? ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜਿਹੜੇ ਸਮਾਗਮ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਜਿਹੜੇ ਹੈ, ਜਿੱਥੇ ਸਮੁੱਚੇ ਖਾਲਸਾ ਪੰਥ ਵੱਲੋਂ ਮਨਾਏ ਜਾ ਰਹੇ ਨੇ, ਮੈਂ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮਦੇਵਾ ਸੰਗਤਾਂ ਨੂੰ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਨਾਲ ਹੀ ਜਿਹੜਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜੇ ਪ੍ਰੋਗਰਾਮ ਕਰਵਾਏ ਜਾ ਰਹੇ ਨੇ, ਜਿੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਆਪਣੇ ਛਾਉਣੀਆਂ ਦੇ ਵਿੱਚ ਜਿਹੜੇ ਸ਼੍ਰੀ ਅਖੰਡ ਪਾਠ ਸਾਹਿਬ, ਧੰਨ ਧੰਨ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ। ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ ਵੱਲੋਂ ਵੀ ਜਿਹੜੇ ਹੈ 11 ਤਰੀਕ ਨੂੰ, ਪਰਸੋਂ ਜਿਹੜੇ ਕੱਲ੍ਹ ਜਿਹੜੇ ਹੈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਨੇ, ਅਤੇ ਜਿਹੜੇ ਕੱਲ੍ਹ ਨੂੰ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਣੇ ਨੇ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਿਤ। ਅਤੇ ਨਾਲ ਜਿਹੜੇ ਨੇ, ਜਿੱਥੇ ਕੱਲ੍ਹ ਹੀ ਮਾਲਵਾ ਗੱਤਕਾ ਕੱਪ ਜਿਹੜਾ ਇੰਟਰਨੈਸ਼ਨਲ, ਜਿਹੜਾ ਜਿਵੇਂ ਆਪਾਂ ਅਨੰਦਪੁਰ ਸਾਹਿਬ ਕਰਵਾਉਂਦੇ ਹਾਂ, ਉਵੇਂ ਹੀ ਮਾਲਵਾ ਗੱਤਕਾ ਕੱਪ ਜਿਹੜਾ ਹੈ, ਉਹ ਨਿਹੰਗ ਸਿੰਘ ਜਿਹੜੇ ਛਾਉਣੀਆਂ ਦੇ ਸਾਡੇ ਮੁੱਖ ਸੇਵਾਦਾਰ ਨੇ ਅਤੇ ਸਾਰੇ ਇੱਥੇ ਪਹੁੰਚੇ ਹੋਏ ਨੇ, ਉਹਨਾਂ ਵੱਲੋਂ ਜਿਹੜਾ ਬਹੁਤ ਚੜ੍ਹਦੀ ਕਲਾ ਦੇ ਨਾਲ ਜਿਹੜੇ ਜੰਗਜੂ ਕਰਤੱਵ ਵੀ ਕੱਲ੍ਹ ਨੂੰ ਦਿਖਾਏ ਜਾਣੇ ਨੇ, ਜਿੱਥੇ ਸਾਡੇ ਸਤਿਕਾਰਯੋਗ ਸਿੰਘ ਸਾਹਿਬ ਇੱਥੇ ਦਰਸ਼ਨ ਦਦਾਰੇ ਦੇਣਗੇ। ਉੱਥੇ ਹੀ ਵੱਖ ਵੱਖ ਸਾਰੇ ਦਲਾਂ ਦੇ ਮੁਖੀ ਸਾਹਿਬਾਨ ਵੀ ਉਹਦੇ ਵਿੱਚ ਹਾਜ਼ਰੀਆਂ ਲਵਾਉਂਦੇ ਨੇ, ਅਤੇ ਨਾਲ ਹੀ ਜਿਹੜੇ ਇਹ ਬਹੁਤ ਚੜ੍ਹਦੀ ਕਲਾ ਦੇ ਨਾਲ ਇਹ ਪ੍ਰੋਗਰਾਮ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ ਦੀ ਅਗਵਾਈ ਦੇ ਵਿੱਚ ਕਰਵਾਏ ਜਾ ਰਹੇ ਨੇ। ਬਾਬਾ ਜੀ, ਹਰ ਵਾਰ ਮੁਹੱਲਾ ਸਜਾਇਆ ਜਾਂਦਾ, ਮੁਹੱਲੇ ਨੂੰ ਦੇਖਣ ਲਈ, ਖਾਸ ਕਰ ਬੇਸ਼ੱਕ ਵਿਸਾਖੀ 'ਤੇ ਵੀ ਸੰਗਤਾਂ ਆਉਂਦੀਆਂ ਨੇ, ਪਰ ਮੁਹੱਲੇ ਨੂੰ ਦੇਖਣ ਲਈ ਦੇਸ਼ਾਂ ਵਿਦੇਸ਼ਾਂ ਤੋਂ ਬੱਚੇ ਵੀ ਪਹੁੰਚਦੇ ਨੇ, ਸੰਗਤਾਂ ਪਹੁੰਚਦੀਆਂ ਨੇ। ਇਸ ਵਾਰ ਵੀ ਮੁਹੱਲਾ ਸਜਾਇਆ ਜਾਣਾ ਹੈਗਾ, ਕਿਸ ਤਰ੍ਹਾਂ ਦਾ ਰੰਗ ਰੂਪ ਹੋਵੇਗਾ ਮੁਹੱਲੇ ਦਾ? ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਖਾਲਸਾ ਪੰਥ ਦਾ ਜਿਹੜਾ ਇਹ ਸਿਰਜਣਾ ਦਿਵਸ ਹੈ, ਵਿਸਾਖੀ ਜਿਹੜਾ ਹੈ, ਆਪਾਂ ਤਿਉਹਾਰ ਹਰ ਸਾਲ ਜਿਹੜਾ ਇਹ ਮਨਾਉਂਦੇ ਹਾਂ, ਇਹ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਬਹੁਤ ਭਾਰੀ ਰੌਣਕਾਂ ਲੱਗੀਆਂ ਹੋਈਆਂ ਨੇ ਸ਼੍ਰੀ ਦਮਦਮਾ ਸਾਹਿਬ ਵਿਖੇ। ਅਤੇ ਉੱਥੇ ਹੀ ਜਿਹੜਾ ਵਿਸ਼ਾਲ ਮਹੱਲਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ ਵੱਲੋਂ ਗੁਰਦੁਆਰਾ ਬੇਰ ਸਾਹਿਬ ਛਾਉਣੀ ਨਿਹੰਗ ਸਿੰਘਾਂ ਤੋਂ ਜਿਹੜਾ ਵਿਸ਼ਾਲ ਮਹੱਲਾ ਬੁੱਢਾ ਦਲ ਦੇ ਮੁਖੀ ਦੀ ਅਗਵਾਈ ਦੇ ਵਿੱਚ ਉਹ ਇਤਿਹਾਸਕ ਨਿਸ਼ਾਨ ਨਗਾਰੇ ਜਿਹੜੇ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਨੂੰ ਬਖਸ਼ਿਸ਼ ਕੀਤੇ, ਉਹਨਾਂ ਦੀ ਤਾਬਿਆ ਜਿਹੜਾ ਵਿਸ਼ਾਲ ਮਹੱਲਾ ਸਜਾਇਆ ਜਾਣਾ ਹੈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ, ਜਿਹਦੇ ਵਿੱਚ ਘੋੜਸਵਾਰ ਫੌਜਾਂ ਅਤੇ ਉੱਥੇ ਹੀ ਗੱਤਕੇ ਵਾਲੇ ਜਿਹੜੇ ਸਾਡੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ, ਅਤੇ ਉਹਦੇ ਵਿੱਚ ਸ਼ਿੰਗਾਰੇ ਹੋਏ ਜਿਹੜੇ ਊਠ ਹਾਥੀ ਜਿਹੜੇ ਨੇ ਉਹ ਵੀ ਨਾਲ ਜਿਹੜੇ ਮੁਹੱਲੇ ਦੇ ਵਿੱਚ ਸ਼ਾਮਿਲ ਹੋਣਗੇ। ਅਤੇ ਮੁਹੱਲਾ ਜਿਹੜਾ ਬਹੁਤ ਚੜ੍ਹਦੀ ਕਲਾ ਅਤੇ ਸ਼ਾਨੋ ਸ਼ੌਕਤ ਦੇ ਨਾਲ ਜਿਹੜਾ ਉਹ ਮਨਾਇਆ ਜਾ ਰਿਹਾ।
ਇਹ ਗਰਾਊਂਡ 'ਚ ਹੀ ਮਨਾਇਆ ਜਾਵੇਗਾ ਬਾਬਾ ਜੀ ਦਮਨ, ਇੱਥੋਂ ਸ਼ੁਰੂ ਕੀਤਾ ਜਾਵੇਗਾ, ਕਿੱਥੋਂ ਕਿੱਥੋਂ ਰਸਤਾ ਰਹੇਗਾ ਅਤੇ ਮੁਹੱਲੇ 'ਚ ਕੀ ਖਾਸ ਇਸ ਵਾਰ? ਹਰ ਵਾਰ ਜਿਸ ਤਰ੍ਹਾਂ ਘੋੜਾ ਸਵਾਰ ਨੇ ਹੁੰਦੇ ਜਿਹੜੇ, ਉਹ ਕਿੱਲਾ ਪੁੱਟਦੇ ਨੇ, ਬੜਾ ਦੇਖਣ ਵਾਲਾ ਜਿਹੜਾ ਉਸ ਵਕਤ ਰੰਗ ਹੁੰਦਾ ਹੈਗਾ, ਬਹੁਤ ਹੀ ਉਤਸ਼ਾਹ ਹੁੰਦਾ ਖਾਲਸੇ ਪੰਥ ਦਾ ਉਸ ਦਿਨ। ਜਿਹੜਾ ਸਿਰਜਣਾ ਦਿਵਸ ਆਪਾਂ ਕਹਿ ਦਿੰਦੇ, ਜਨਮ ਹੈ ਖਾਲਸੇ ਦਾ ਉਦੋਂ ਹੋਇਆ, ਅਤੇ ਉਹ ਜਿਹੜਾ ਬਹੁਤ ਜ਼ਿਆਦਾ ਉਤਸ਼ਾਹ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਬਹੁਤ ਜ਼ਿਆਦਾ ਉਤਸ਼ਾਹ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਵਿੱਚ, ਉੱਥੇ ਹੀ ਸੰਗਤਾਂ ਦੇ ਵਿੱਚ ਵੀ ਬਹੁਤ ਭਾਰੀ ਉਤਸ਼ਾਹ ਹੈ ਮਹੱਲਾ ਜਿਹੜਾ ਦੇਖਣ ਵਾਸਤੇ ਉੱਥੇ। ਤੁਸੀਂ ਵੀ ਦੇਖਦੇ ਹੋ ਹਰ ਸਾਲ ਜਿਹੜਾ ਸਟੇਡੀਅਮ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਗੁਰਸਿੱਖ ਸੰਗਤਾਂ ਦੇ ਵਿੱਚ, ਜਿਹੜੀਆਂ ਦੇਸ਼ ਵਿਦੇਸ਼ ਤੋਂ ਸੰਗਤਾਂ ਪਹੁੰਚਦੀਆਂ ਨੇ। ਅਤੇ ਐਤਕੀ ਵੀ ਨਾਲ ਹੀ ਮੈਂ ਪ੍ਰਸ਼ਾਸਨ ਨੂੰ ਵੀ ਜਿਹੜਾ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਹਰ ਸਾਲ ਜਿਹੜਾ ਉਹ ਸਾਨੂੰ ਆਪ ਹੀ ਸਾਰੇ ਕੰਮ ਕਰਨੇ ਪੈਂਦੇ ਨੇ, ਉੱਥੇ ਬੈਰੀਕੇਡਿੰਗ ਵਧੀਆ ਕਰਵਾਈ ਜਾਣੀ ਚਾਹੀਦੀ ਹੈ ਅਤੇ ਪਾਣੀ ਦਾ ਛਿੜਕਾਅ ਹੋਣਾ ਚਾਹੀਦਾ, ਉਹਦੇ ਵਿੱਚ ਧੂੜ ਇੰਨੀ ਉੱਡਦੀ ਹੈ ਜਿਹੜਾ ਉੱਥੇ ਸੰਗਤ ਨੂੰ ਖੜ ਕੇ ਤਾਂ ਦੇਖਣਾ ਔਖਾ ਹੋ ਜਾਂਦਾ ਜਦੋਂ ਘੋੜੇ ਭੱਜਦੇ ਨੇ। ਅਤੇ ਇਹ ਜੰਗੀ ਕਰਤੱਵ ਨੇ ਖਾਲਸੇ ਦੇ, ਦੇਹ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਅਤੇ ਕਹੂੰ ਨਾ ਡਰੋਂ ਨਾ ਡਰੋਂ ਅਰਸੋ ਜਮ ਜਾਹੇ ਲਰੋਂ, ਇਹ ਖਾਲਸੇ ਦੇ ਜੰਗੀ ਕਰਤੱਵ ਨੇ। ਅਤੇ ਉਹ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਜਿਹੜੇ ਦਿਖਾਏ ਜਾਣੇ ਨੇ ਪੂਰੇ ਚੜ੍ਹਦੀ ਕਲਾ ਅਤੇ ਸ਼ਾਨੋ ਸ਼ੌਕਤ ਦੇ ਨਾਲ ਮਹੱਲੇ ਖਾਲਸੇ ਨੇ ਚੜ੍ਹਨੇ ਨੇ, ਉਹ ਜਿਹੜੇ ਗੁਰਦੁਆਰਾ ਬੇਰ ਸਾਹਿਬ ਛਾਉਣੀ ਬੁੱਢਾ ਦਲ ਤੋਂ ਆਰੰਭ ਹੋਣਾ ਅਤੇ ਜਿਹੜਾ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਪ੍ਰਕੰਮਿਆਂ ਅਤੇ ਗੁਰਦੁਆਰਾ ਜੰਡ ਸਾਹਿਬ ਅਤੇ ਮਹੱਲਸਰ ਗੁਰਦੁਆਰਾ ਸਾਹਿਬ ਅਤੇ ਦਰਸ਼ਨ ਦਿਦਾਰੇ ਕਰਦੇ ਹੋਏ ਅਤੇ ਸਟੇਡੀਅਮ ਦੇ ਵਿੱਚ ਜਿਹੜਾ ਬੱਸ ਸਟੈਂਡ ਦੇ ਪਿਛਲੇ ਪਾਸੇ ਹੈ ਉੱਥੇ ਜਾ ਕੇ ਜਿਹੜਾ ਹਰ ਸਾਲ ਦੀ ਤਰ੍ਹਾਂ ਬਹੁਤ ਚੜ੍ਹਦੀ ਕਲਾ ਦੇ ਨਾਲ ਗੁਰੂ ਦੀਆਂ ਲਾੜਦੀਆਂ ਫੌਜਾਂ ਵੱਲੋਂ ਜੰਗਜੂ ਕਰਤੱਵ ਦਿਖਾਏ ਜਾਣੇ ਨੇ। ਮਨੀਸ਼ ਜੀ, ਨਾਲ ਹੀ ਇਹ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਆਪਾਂ ਬਹੁਤ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਜਿੱਥੇ ਇਹ ਜਿਹੜੇ ਕਾਰਜ ਕਰ ਰਹੇ ਹਾਂ ਅਤੇ ਗੁਰਸਿੱਖ ਸੰਗਤਾਂ ਨੂੰ ਹੋਰ ਵੀ ਉਤਸ਼ਾਹ ਦੇ ਨਾਲ ਜਿਹੜੇ ਹੈ ਇਹਨਾਂ ਪ੍ਰੋਗਰਾਮਾਂ 'ਚ ਵੱਧ ਚੜ੍ਹ ਕੇ ਜਿਹੜੀਆਂ ਹਾਜ਼ਰੀਆਂ ਲਵਾਉਣ ਅਤੇ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ ਉਹ ਜ਼ਰੂਰ ਛਕਣ, ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ। ਗੁਰੂ ਵਾਲੇ ਬਣੀਏ, ਚੜ੍ਹਦੀ ਕਲਾ ਦੇ ਵਿੱਚ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ, ਇਹ ਸਨ ਬਾਬਾ ਬਲਵੀਰ ਸਿੰਘ ਜੀ, ਜਿਨ੍ਹਾਂ ਨੇ ਜਿੱਥੇ ਸੰਗਤਾਂ ਨੂੰ ਮੁਹੱਲੇ ਵਿੱਚ ਸਮਾਗਮਾਂ ਵਿੱਚ ਪੁੱਜਣ ਦਾ ਸੱਦਾ ਦਿੱਤਾ, ਉੱਥੇ ਹੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮੁਹੱਲੇ ਲਈ ਪ੍ਰਬੰਧ ਨੇ ਜਿਹੜੇ ਪੁਖਤਾ ਕੀਤੇ ਜਾਣ ਤਾਂ ਜੋ ਸੰਗਤਾਂ ਨੂੰ ਉੱਥੇ ਮੁਹੱਲਾ ਦੇਖਣ ਲਈ ਜਾਂ ਨਿਹੰਗ ਸਿੰਘਾਂ ਨੂੰ ਕਰਤੱਵ ਕਰਨ ਵਿੱਚ ਕੋਈ ਮੁਸ਼ਕਿਲ ਨਾ ਆਵੇ। ਮਨੀਸ਼ ਗਰਗ, PTC ਨਿਊਜ਼, ਦਮਦਮਾ ਸਾਹਿਬ, ਬਠਿੰਡਾ।